ਤੁਸੀਂ ਉਹਦਾ ਨਾਨ ਲੈ ਨਾਨੇ ਪੰਨੂ ਜਿਹਾ, ਉਹ ਤਾਂ ਇੱਕ ਫਰਾਡ ਜੋਕਰ ਬੰਦਾ ਏ, ਉਹ ਆਪਣੀ ਦੁਕਾਨ ਚਲਾਉਣ ਨੂੰ ਬੇਤੁਕੀਆਂ ਗੱਲਾਂ ਕਰਦਾ ਏ। ਅੱਜ ਐ ਮੈਦਾਨ ਛੱਡ ਕੇ ਭੱਜ ਗਏ, ਇਹ ਤਾਂ ਹੀ ਤਾਂ ਇਹ ਰੋਜ਼ ਇੰਡੀਆ ਨੂੰ ਇੰਡੀ, ਕਦੇ ਦੂਜਾ ਕਿਹੜਾ ਗੱਠਜੋੜ, ਕਦੇ ਕਿਹੜਾ ਗੱਠਜੋੜ ਕਹਿ ਦਿੰਦੇ ਆ। ਚੰਡੀਗੜ੍ਹ ਮਤਲਬ ਪੰਜਾਬ, ਹਰਿਆਣਾ, ਹਿਮਾਚਲ ਸਭ ਦਾ ਇੱਕ ਸ਼ਹਿਰ ਆ, ਪੰਜਾਬ ਦੀ ਰਾਜਧਾਨੀ ਆ। ਉਹਦੇ ਵਿੱਚੋਂ ਅੱਜ ਸਵੇਰੇ ਸਵੇਰੇ ਸਾਰੇ ਹੀ ਬਿਮਾਰ ਹੋ ਗਏ ਇਲੈਕਸ਼ਨਾਂ ਕਰਾਉਣ ਵਾਲੇ, ਅਤੇ ਮੈਦਾਨ ਛੱਡ ਕੇ ਹੀ ਭੱਜ ਗਏ। ਅਤੇ ਹੁਣ ਇਹ ਸਾਰੇ ਪੰਜਾਬ ਦੀ ਟੋਟਲ ਜਿਹੜੀ ਕਾਂਗਰਸ ਪਾਰਟੀ ਆ, ਉਹਨਾਂ ਨੇ ਇਹ ਕਹਿਤਾ ਵੀ ਅਸੀਂ 22 ਵਾਲਾ ਨੁਕਸਾਨ ਨਹੀਂ ਝੱਲਣਾ, ਜੋ 22 'ਚ ਬਿਆਨਬਾਜ਼ੀ ਕਰਕੇ ਜਾਂ ਗੁੱਟਬੰਦੀ 'ਚ ਬਿਆਨ ਹੋਇਆ, ਇੱਕ ਫੈਸਲਾ ਪਾਰਟੀ ਨੂੰ ਕਰਨਾ ਹੀ ਪਏਗਾ। ਜਿੰਨਾ ਜ਼ੋਰ ਲੱਗੂ ਜਿਹੜੇ ਛੱਡ ਕੇ ਗਏ ਨੇ ਉਹਨਾਂ 'ਤੇ ਸਾਰਾ ਜ਼ੋਰ ਲਾਵਾਂਗੇ ਵੀ ਇਲੈਕਸ਼ਨ, ਕਿਉਂਕਿ ਇਲੈਕਸ਼ਨ ਤਾਂ ਪਹਿਲਾਂ ਹੀ ਉਹ ਕੌਂਸਲਰ ਬਣਨ ਨੂੰ ਗਏ ਸੀ ਨਾ, ਹੋ ਗਈ ਇਲੈਕਸ਼ਨ, ਫਿਰ ਇਲੈਕਸ਼ਨ ਤੋਂ ਭੱਜ ਗਏ ਆਮ ਆਦਮੀ ਵਾਲੀ ਪਾਰਟੀ ਵਾਲੇ, ਆਮ ਆਦਮੀ ਵਾਲੀ ਪਾਰਟੀ ਵਾਲੇ ਅੱਜ ਸਾਲ ਤੋਂ ਉੱਤੇ ਹੋ ਗਿਆ, ਜੇ ਜਾਨ ਹੁੰਦੀ ਤਾਂ ਇਲੈਕਸ਼ਨ ਕਰਾਉਂਦੇ, ਕਿਉਂਕਿ ਕੰਮ ਨਹੀਂ ਕੀਤਾ, ਲੋਕਾਂ ਨੇ ਦੱਸਿਆ ਵੀ ਉੱਥੇ ਹੀ ਪ੍ਰੋਜੈਕਟ ਖੜ੍ਹੇ। ਸਾਲ ਡੇਢ ਸਾਲ ਲਈ ਕਿਹੜਾ ਉਹਨਾਂ ਦੀ ਪਾਰਟੀ ਜਾਂ ਇੱਥੇ ਛੁੱਟੀ ਹੋ ਜਾਣੀ ਆ, ਕੌਣ ਬਣਨਾ ਚਾਹੂਗਾ ਉਹਨਾਂ ਦੀ ਪਾਰਟੀ ਦਾ ਕੌਂਸਲਰ? ਤੁਸੀਂ ਉਹਦਾ ਨਾਂ ਲੈ ਨਾਨੇ ਪੰਨੂ ਜਿਹਾ, ਉਹ ਤਾਂ ਇੱਕ ਫਰਾਡ ਜੋਕਰ ਬੰਦਾ ਏ, ਉਹ ਆਪਣੀ ਦੁਕਾਨ ਚਲਾਉਣ ਨੂੰ ਬੇਤੁਕੀਆਂ ਗੱਲਾਂ ਕਰਦਾ ਏ। ਉਹ ਨਾ ਕੋਈ ਸਿੱਖ ਆ, ਨਾ ਕੋਈ ਕੁਛ ਆ, ਇਹ ਬਹਿਰੂਪੀਆ ਏ ਇੱਕ। ਉਹਨੇ ਸਿਰਫ ਏਜੰਸੀਆਂ ਤੋਂ ਪੈਸਾ ਲਾਉਣਾ ਹੁੰਦਾ, ਉਹਨੂੰ ਕਹਿ ਆ ਤਾਂ ਪੁੱਤ ਉਰੇ ਪੰਜਾਬ 'ਚ, ਤੇਰੇ ਨਾਲ ਖੇਡੀਏ ਕਬੱਡੀ। ਉਹ ਤਾਂ ਉੱਥੇ ਬੈਠਾ ਗੱਲਾਂ ਮਾਰਦਾ ਰਹਿੰਦਾ ਏ ਪਿੱਛੇ ਗੁੱਤ ਜੀ ਕਰਕੇ, ਉਹਨੂੰ ਉਹਦਾ ਕੰਮ ਪਾਰਟੀ ਕੋਲ ਪਤਾ ਨਹੀਂ ਫੋਟੋ ਵੀ ਉਹਦੀ ਹੈ ਕਿ ਨਹੀਂ ਹੈ, ਜਿਹੜੀ ਅਖਬਾਰਾਂ ਛਪਦੇ ਆ, ਪਤਾ ਨਹੀਂ ਕੌਣ ਹੈ ਕੌਣ ਨਹੀਂ। ਉਹਦੇ ਆਪਦੇ ਬੱਚੇ ਆ ਜਿਹੜੇ, ਉਹ ਸਾਰੇ ਸਭ ਤੋਂ ਵਧੀਆ ਯੂਨੀਵਰਸਿਟੀਆਂ 'ਚ ਪੜ੍ਹਦੇ ਆ। ਜੇ ਉਹਦੇ ਘਰ ਚੈੱਕ ਕਰੋ, ਕਿਉਂਕਿ ਇਹ ਸ਼ਿਕਾਇਤਾਂ ਹੋਈਆਂ ਏ, ਐਕਸਟਰਨਲ ਫਰੇਮ ਮਿਨਿਸਟਰੀ ਨੇ ਵੀ ਕੀਤੀ ਆ, ਹੋਮ ਮਿਨਿਸਟਰੀ ਨੇ ਵੀ ਕੀਤੀ ਆ। ਸਭ ਤੋਂ ਵੱਡੀਆਂ ਗੱਡੀਆਂ, ਮਹਿੰਗੀਆਂ ਕਰੋੜਾਂ ਦੀਆਂ ਗੱਡੀਆਂ ਉਹਦੇ ਬੱਚੇ ਅਤੇ ਉਹਦੀਆਂ ਘਰ ਵਾਲੀਆਂ ਉੱਥੇ ਇੰਜੋਏ ਕਰਦੀਆਂ ਏ। ਇੱਥੇ ਬੱਚਿਆਂ ਨੂੰ ਉਹ ਖਾਲਿਸਤਾਨ ਦੇ ਕੰਧਾਂ 'ਤੇ ਲਿਖਾ ਕੇ ਉਹਨਾਂ ਨੂੰ ਉਹ ਅੰਦਰ ਜੇਲ੍ਹ 'ਚ ਉਹਨਾਂ 'ਤੇ NIA ਲਵਾ ਦਿੰਦਾ ਏ। ਅਤੇ ਮੁੜ ਕੇ ਇਹੋ ਜਿਹੇ ਬੰਦੇ ਦੀ ਕੋਈ ਜਗ੍ਹਾ ਨਹੀਂ, ਨਾਲੇ ਮੈਂ ਬੈਠਾ ਜਿੰਨਾ ਚਿਰ, ਇਹ ਹਮੇਸ਼ਾ ਕਿਹਾ ਆ ਬੈਠੇ ਆ ਦਾਵਰ ਸਾਹਿਬ ਸਰਦਾਰ ਬੇਅੰਤ ਸਿੰਘ ਜੀ ਨਾਲ। ਅੱਜ ਹਾਲਾਤ ਬੜੇ ਮਾੜੇ ਨੇ ਪੰਜਾਬ 'ਚ, ਹਰ ਰੋਜ਼ ਕਿਤੇ ਸਰਪੰਚ ਦਾ ਕਤਾ, ਕਿਤੇ ਲੁੱਟਾਂ, ਕਿਤੇ ਖੂਹਾਂ, ਪਰ ਬਿਲਕੁਲ ਵੀ ਫਿਕਰ ਕਰਨ ਦੀ ਲੋੜ ਨਹੀਂ। ਇਹ ਗੱਲਾਂ ਦੁਬਾਰਾ ਜਿਹੜੇ ਲੋਕ ਨੇ ਸੋਚ ਰਹੇ ਆ ਕਾਰੋਬਾਰੀ ਵੀ ਅਸੀਂ ਪੰਜਾਬ ਨੂੰ ਛੱਡ ਕੇ ਚਲੇ ਜਾਈਏ, ਜੋ ਅੱਜ ਰੋਜ਼ ਹੋ ਰਿਹਾ, ਕਿਤੇ ਬੇਅਦਬੀ ਹੋ ਰਹੀ ਆ, ਕਿਤੇ ਕਿਤੇ ਹਨੂੰਮਾਨ ਚਾਲੀਸਾ ਜੀ ਨਾਲ ਉਹਨਾਂ ਨਾਲ ਛੇੜਖਾਨੀ ਮੈਂ ਰਾਤ ਪੜ੍ਹ ਰਿਹਾ ਸੀ ਹੋਈ ਆ, ਕਿਤੇ ਨਿਹੰਗ ਸਿੰਘ ਨੇ ਜਿਹੜੇ ਬਾਣੇ 'ਚ ਉਹ ਕਿਸੇ ਨੂੰ ਵੱਢ ਟੁੱਕ ਕਰ ਰਹੇ ਆ। ਇਸ ਕਰਕੇ ਪੰਜਾਬ ਦਾ ਮਾਹੌਲ ਆ ਜਿਹੜਾ, ਉਹ ਮਸਾਂ ਅਸੀਂ ਠੀਕ ਕੀਤਾ, ਪਰ ਬਿਲਕੁਲ ਘਬਰਾਉਣ ਦੀ ਲੋੜ ਨਹੀਂ। ਚਾਹੇ ਕਿਸੇ ਹੱਦ ਤੱਕ ਜਾਣਾ ਪਵੇ ਸਾਡੇ ਸ਼ਹਿਰੀ ਨੂੰ, ਕਿਸੇ ਨੂੰ ਵੀ, ਜਿੰਨਾ ਚਿਰ ਅਸੀਂ ਜਿਉਂਦੇ ਹਾਂ ਪੰਜਾਬ ਦੇ ਵਿੱਚ, ਉਹਨਾਂ ਨੂੰ ਕਿਸੇ ਕਿਸਮ ਦਾ ਕੋਈ ਵੀ ਖਤਰਾ ਨਹੀਂ ਗਾ, ਨਾ ਆਉਣ ਦੇਵਾਂਗੇ। ਚਾਹੇ ਪੰਨੂ ਹੋਵੇ, ਚਾਹੇ ਪੰਨੂ ਦਾ ਬਾਪੂ ਹੋਵੇ, ਕਿਸੇ ਨੂੰ ਪੰਜਾਬ 'ਚ ਅਮਨ ਸ਼ਾਂਤੀ ਭੰਗ ਨਹੀਂ ਕਰਨ ਦੇਵਾਂਗੇ। ਐਮਪੀ ਸਾਹਿਬ, ਚੰਡੀਗੜ੍ਹ ਮੇਅਰ ਚੋਣ ਨੂੰ ਲੈ ਕੇ ਆਮ ਆਦਮੀ ਪਾਰਟੀ ਅਤੇ ਕਾਂਗਰਸ ਦੇ ਉੱਤੇ BJP ਨੇ ਸਵਾਲ ਖੜ੍ਹੇ ਕੀਤੇ ਨੇ। ਹਜੇ ਤਾਂ ਟ੍ਰੇਲਰ ਹੀ ਦਿਖਾਇਆ, ਹਜੇ ਤਾਂ ਇੰਡੀਆ ਗੱਠਜੋੜ ਆ, ਇਹ ਪਹਿਲਾ ਟ੍ਰੇਲਰ ਆ। ਅੱਜ ਐ ਮੈਦਾਨ ਛੱਡ ਕੇ ਭੱਜ ਗਏ, ਇਹ ਤਾਂ ਹੀ ਤਾਂ ਇਹ ਰੋਜ਼ ਇੰਡੀਆ ਨੂੰ ਇੰਡੀ, ਕਦੇ ਦੂਜਾ ਕਿਹੜਾ ਗੱਠਜੋੜ, ਕਦੇ ਕਿਹੜਾ ਗੱਠਜੋੜ ਕਹਿ ਦਿੰਦੇ ਆ। ਅੱਜ ਤਾਂ ਹਜੇ ਚੰਡੀਗੜ੍ਹ ਮਤਲਬ ਪੰਜਾਬ, ਹਰਿਆਣਾ, ਹਿਮਾਚਲ ਸਭ ਦਾ
ਇੱਕ ਸ਼ਹਿਰ ਆ, ਪੰਜਾਬ ਦੀ ਰਾਜਧਾਨੀ ਆ, ਉਹਦੇ ਵਿੱਚੋਂ ਅੱਜ ਸਵੇਰੇ ਸਵੇਰੇ ਸਾਰੇ ਹੀ ਬਿਮਾਰ ਹੋ ਗਏ ਇਲੈਕਸ਼ਨਾਂ ਕਰਾਉਣ ਵਾਲੇ, ਅਤੇ ਮੈਦਾਨ ਛੱਡ ਕੇ ਹੀ ਭੱਜ ਗਏ। ਹੁਣ ਹਾਈਕੋਰਟ ਦਾ ਜਿਹੜਾ ਹੈ ਉਹ ਰੁੱਖ ਕੀਤਾ ਹੈ ਕਾਂਗਰਸ ਪਾਰਟੀ ਅਤੇ ਆਮ ਆਦਮੀ ਪਾਰਟੀ ਨੇ, ਅਤੇ ਬੀਜੇਪੀ ਵਾਲਿਆਂ ਦਾ ਮਤਲਬ ਇਹ ਪਹਿਲੀ ਜਿਹੜੀ ਗੱਠਜੋੜ ਜਿਹੜਾ ਬਣਿਆ ਹੈ ਉਹਦੀ ਪਹਿਲੀ ਸੱਟ ਆ ਜਿਹੜੀ, ਕਿਉਂਕਿ ਇਹ ਇਲੈਕਸ਼ਨ ਉਦੋਂ ਬਾਅਦ ਪਹਿਲੀ ਉਹ ਇਲੈਕਸ਼ਨ ਆ ਉਹਦੀ ਸੱਟ ਜਿਹੜੀ ਆ ਉਹ ਨਜ਼ਾਰਾ ਹੈ ਜਿਹੜਾ ਉਹ ਬੀਜੇਪੀ ਵਾਲਿਆਂ ਨੂੰ ਦਿਖਿਆ। ਐਮ ਪੀ ਸਾਹਿਬ ਲਾਸਟ ਸਵਾਲ ਹੈਗਾ, ਨਵਜੋਤ ਸਿੰਘ ਸਿੱਧੂ ਨੂੰ ਲੈ ਕੇ ਤੁਸੀਂ ਇੱਕ ਬਿਆਨ ਦਿੱਤਾ ਕਿਸੇ ਮੀਡੀਆਦਾਰੇ ਨੂੰ ਕਿ 10 ਦਿਨਾਂ ਦੇ ਵਿੱਚ ਪਾਰਟੀ ਉਹਨਾਂ ਨੂੰ ਬਾਹਰ ਕੱਢੇ। ਨਾ 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 ਨਾ, ਮੈਂ ਬਿਲਕੁਲ ਨਾ ਅੰਦਰ ਨਾ ਬਾਹਰ, ਪਾਰਟੀ ਹਾਈ ਕਮਾਂਡ ਫੈਸਲਾ ਕਰੇ। ਤੁਸੀਂ ਕਿਹਾ ਵਾ ਕਿਸੇ ਦਾ ਬਾਹਰ ਜਾਣਾ ਪੈਣਾ, ਹਾਂ ਉਹ ਪਾਰਟੀ ਹਾਈ ਕਮਾਂਡ ਨੂੰ ਸਾਰੀ ਪਾਰਟੀ ਨੇ, ਕਿਉਂਕਿ ਸਾਨੂੰ ਬਾਹਰ ਕੋਈ ਗੱਲ ਕਰਨ ਦਾ ਨਹੀਂ, ਇਹ ਤਾਂ ਸਾਫ਼ ਆ। ਇਹ ਤਾਂ ਸਾਡੇ ਪ੍ਰਧਾਨ ਰਾਜਾ ਵੜਿੰਗ ਸਾਹਿਬ ਨੇ ਵੀ ਕਿਹਾ ਵੀ ਸਾਰੀ ਪਾਰਟੀ ਨੇ, ਅਡਾਵਰ ਸਾਹਿਬ ਹੁਣੇ ਵੀ 117 ਦੇ ਵਿੱਚ ਆਉਂਦੇ ਆ, ਅਸੀਂ 13 MPਆਂ 'ਚੋਂ ਆਉਂਦੇ ਹਾਂ ਜਿੱਤੇ ਹਾਰੇ ਜਿਹੜੇ ਸਾਰੇ ਹੀ ਆ, ਸਾਰੇ ਜ਼ਿਲ੍ਹਾ ਪ੍ਰਧਾਨ 27-28, ਸਾਰੇ ਬਲਾਕ ਪ੍ਰਧਾਨ 234 ਦੇ 34 ਬਲਾਕ ਪ੍ਰਧਾਨ, ਸਾਰੀਆਂ ਫਰੰਟਲ ਔਰਗਨਾਈਜੇਸ਼ਨ ਸਭ ਨੇ ਇੱਕ, ਪਹਿਲਾਂ ਅਸੀਂ ਜਿਹੜੀ ਪੋਲੀਟੀਕਲ ਅਫੇਅਰ ਕਮੇਟੀ ਸੀ ਉਹਦੇ 31 ਮੈਂਬਰ ਸੀ, ਪੋਲੀਟੀਕਲ ਅਫੇਅਰ ਕਮੇਟੀ ਵੀ ਖੜਗੇ ਸਾਹਿਬ ਅਤੇ ਰਾਹੁਲ ਜੀ ਨੂੰ ਸਾਰੀ ਗੱਲ ਦੱਸ ਕੇ ਆਏ ਸੀ, 2 ਘੰਟੇ ਉੱਥੇ ਮੀਟਿੰਗ ਚੱਲੀ, ਅਤੇ ਹੁਣ ਇਹ ਸਾਰੇ ਪੰਜਾਬ ਦੀ ਟੋਟਲ ਜਿਹੜੀ ਕਾਂਗਰਸ ਪਾਰਟੀ ਆ ਉਹਨਾਂ ਨੇ ਇਹ ਕਹਿਤਾ ਵੀ ਅਸੀਂ 22 ਵਾਲਾ ਨੁਕਸਾਨ ਨਹੀਂ ਝੱਲਣਾ ਜੋ 22 'ਚ ਬਿਆਨਬਾਜ਼ੀ ਕਰਕੇ ਜਾਂ ਗੁੱਟਬੰਦੀ 'ਚ ਬਿਆਨ ਹੋਇਆ, ਇੱਕ ਫੈਸਲਾ ਪਾਰਟੀ ਨੂੰ ਕਰਨਾ ਹੀ ਪਏਗਾ। ਉਹ ਅਸੀਂ ਉਹਨਾਂ ਨੂੰ ਕਿਹਾ ਵੀ ਬਿਲਕੁਲ ਜਿਹੜੇ ਪੁਰਾਣੇ ਨੇ ਉਹਨਾਂ ਦੀ ਪੁਰਾਣੀ ਜਗ੍ਹਾ, ਨਵਿਆਂ ਨੂੰ ਬਿਲਕੁਲ ਉਹ ਵੀ ਵੈਲਕਮ ਆ, ਕਿਉਂਕਿ ਨਵੀਂ ਜੇ ਨਵੀਂ ਐਂਟਰੀ ਨਹੀਂ ਹੋਊਗੀ, ਨਵਾਂ ਨਹੀਂ ਆਊ ਤਾਂ ਵਧਾ ਕੇ ਵਧੂ ਕਿਵੇਂ, ਇਸ ਕਰਕੇ ਪਰ ਪੁਰਾਣਿਆਂ ਨੂੰ ਮੂਹਰੇ ਰਾ ਕੇ, ਅਤੇ ਇਹ ਗੱਲ ਹੋਈ ਵੀ ਜਿਹੜੇ ਛੱਡ ਕੇ ਗਏ ਆ ਉਹਨਾਂ ਨੂੰ ਵਾਪਸ ਲੈਣ ਦੀ ਜਿਹੜੀ ਆ, ਉਹਨਾਂ 'ਤੇ ਵਰਕਰਾਂ ਨੇ ਕਿਹਾ ਵੀ ਫਿਰ ਆ ਕੇ ਤੁਸੀਂ ਉਹਨਾਂ ਨੂੰ ਕੱਲ੍ਹ ਨੂੰ ਇੱਧਰ ਬਿਠਾ ਕੇ ਟਿਕਟਾਂ ਦਿਓਗੇ। ਉਹ ਇੱਥੇ ਹੀ ਖੜ੍ਹੇ ਆ ਜੱਗੀ ਹੋਣਾ ਜਿਨ੍ਹਾਂ ਨੇ ਗੱਲ ਕੀਤੀ, ਉਹਨਾਂ ਨੂੰ ਵਿਸ਼ਵਾਸ ਦਵਾਇਆ ਵੀ ਨਹੀਂ ਭਾਈ ਜਿਹੜੇ ਇਹ ਚਾਲੂ ਪੁਰਜੇ ਆ ਉਹਨਾਂ ਨੂੰ ਬਿਲਕੁਲ ਵੀ, ਨਾਲੇ ਪੂਰਾ ਜ਼ੋਰ ਲਾਵਾਂਗੇ, ਜਿੰਨਾ ਜ਼ੋਰ ਲੱਗੂ ਜਿਹੜੇ ਛੱਡ ਕੇ ਗਏ ਨੇ ਉਹਨਾਂ 'ਤੇ ਸਾਰਾ ਜ਼ੋਰ ਲਾਵਾਂਗੇ ਵੀ ਇਲੈਕਸ਼ਨ, ਕਿਉਂਕਿ ਇਲੈਕਸ਼ਨ ਤਾਂ ਪਹਿਲਾਂ ਹੀ ਉਹ ਕੌਂਸਲਰ ਬਣਨ ਨੂੰ ਗਏ ਸੀ ਨਾ, ਹੋ ਗਈ ਇਲੈਕਸ਼ਨ, ਫਿਰ ਇਲੈਕਸ਼ਨ ਤੋਂ ਤਾਂ ਭੱਜ ਗਏ ਆਮ ਆਦਮੀ ਵਾਲੀ ਪਾਰਟੀ ਵਾਲੇ, ਅੱਜ ਸਾਲ ਤੋਂ ਉੱਤੇ ਹੋ ਗਿਆ, ਜੇ ਜਾਨ ਹੁੰਦੀ ਤਾਂ ਇਲੈਕਸ਼ਨ ਕਰਾਉਂਦੇ, ਕਿਉਂਕਿ ਕੰਮ ਨਹੀਂ ਕੀਤਾ, ਲੋਕਾਂ ਨੇ ਦੱਸਿਆ ਵੀ ਉੱਥੇ ਹੀ ਪ੍ਰੋਜੈਕਟ ਖੜ੍ਹੇ, ਨਾਲੇ ਦਾ ਪ੍ਰੋਜੈਕਟ ਆਵਰ ਸਾਹਿਬ ਨੇ ਦੋਨੋਂ ਪਾਸੇ। ਐਮ ਪੀ ਸਾਹਿਬ ਕੋਈ ਟੱਚ ਵਿੱਚ ਨੇ ਤੁਹਾਡੇ, ਜਿਵੇਂ ਤੁਸੀਂ ਕਹਿੰਦੇ ਛੱਡ ਕੇ ਗਏ ਉਹਨਾਂ ਨੂੰ ਮੋੜਨ ਦੇ ਯਤਨ ਕੀਤੇ ਜਾ? ਉਹ ਤਾਂ ਵੱਟ 'ਤੇ ਬੈਠੇ ਆ, ਉਹ ਤਾਂ ਵੱਟ 'ਤੇ ਬੈਠੇ ਨੇ, ਰੋਜ਼ ਕਹਿੰਦੇ ਆ, ਕਿਉਂਕਿ ਕੌਂਸਲਰ ਬਣ ਗਏ ਸੀ ਉਹ ਮਿਲਿਆ ਨਹੀਂ, ਰੋਜ਼ ਬੰਦਿਆਂ ਨੂੰ ਭੇਜਦੇ ਆ, ਕੋਈ ਡਾਵਰ ਸਾਹਿਬ ਨੂੰ ਮਿਲ ਰਿਹਾ, ਕੋਈ ਜ਼ਿਲ੍ਹਾ ਪ੍ਰਧਾਨ ਨੂੰ ਮਿਲ ਰਿਹਾ, ਕੋਈ ਜਿਹਨਾਂ ਦੇ ਕੌਂਸਲਰ ਸਾਥੀ ਨੇ, ਅਜੈਨ ਸਾਹਿਬ ਹੋਣੀ ਸਾਰੇ ਪੁਰਾਣੇ ਬੈਠੇ ਆ। ਉਹ ਵੀ ਟਿਕਟਾਂ ਨੂੰ ਲੈ ਕੇ ਉਹਨਾਂ ਦੀ ਵੀ ਕੋਈ ਸ਼ਰਤ ਤਾਂ ਨਹੀਂ ਹੈਗੀ ਕੋਈ? ਉਹਨਾਂ ਦੀ ਸ਼ਰਤ ਉਹ ਤਾਂ ਕਹਿੰਦੇ ਜੀ ਪਿਛਲੀ ਲਾਈਨ 'ਚ ਲਾਓ, ਸਾਨੂੰ ਇੰਨਾ ਹੀ ਕਰ ਦਿਓ ਵੀ ਅਸੀਂ ਜਿਹੜੇ ਭੁਲੇਖੇ ਗਏ ਸੀ ਉੱਥੇ ਤਾਂ ਉਹ ਇਲੈਕਸ਼ਨਾਂ ਕਰਾਉਣ ਤੋਂ ਹੀ ਭੱਜ ਗਏ, ਹੁਣ ਜਦੋਂ ਪਾਰਲੀਮੈਂਟ ਦੀ ਇਲੈਕਸ਼ਨ ਆ, ਹੁਣ ਇਹ ਕੋਡ ਲੱਗੂਗਾ 6 ਮਹੀਨੇ ਤੱਕ ਖਤਮ ਹੋਊਗੀ, ਅਪ੍ਰੈਲ ਮਈ ਤੱਕ ਜਾ ਕੇ ਇਹ ਇਲੈਕਸ਼ਨਾਂ ਮੁੱਕਣਗੀਆਂ, ਫਿਰ 2-3 ਮਹੀਨੇ ਦਾ ਟਾਈਮ ਲੱਗੂਗਾ, ਫਿਰ ਕੋਡ ਲੱਗੂਗਾ, ਸਾਲ 1.5 ਸਾਲ ਲਈ ਕਿਹੜਾ ਉਹਨਾਂ ਦੀ ਪਾਰਟੀ ਜਾਂ ਇੱਥੇ ਛੁੱਟੀ ਹੋ ਜਾਣੀ ਆ? ਕੌਣ ਬਣਨਾ ਚਾਹੂਗਾ ਉਹਨਾਂ ਦੀ ਪਾਰਟੀ ਦਾ ਕੌਂਸਲਰ? ਜਿਹੜੀ ਅਗਲੀ ਕਾਂਗਰਸ ਸਰਕਾਰ ਬਣਨੀ ਆ, ਜਿਹੜੀ ਆ ਅਗਲਾ ਚਾਹੂਗਾ ਵੀ ਮੈਂ ਉਹਦੀ ਇਲੈਕਸ਼ਨ ਲੜਾਂ, ਇਸ ਕਰਕੇ। ਪਰ ਜਿਹੜੇ ਗਏ ਨੇ ਉਹ ਹੁਣ ਉਹਨਾਂ ਨੂੰ ਉੱਥੇ ਨਵੀਂ ਜਗ੍ਹਾ ਹੀ ਮੁਬਾਰਕ, ਉੱਥੇ ਹੀ ਆਪਣੇ ਉਹ ਜੋ ਕੁਛ ਕਰਨਾ। ਇਸ ਗੱਲ ਨਾਲ ਸਹਿਮਤ ਹੈ ਜੀ, ਕੱਲ੍ਹ ਇੱਕ ਅਕਾਲੀ ਨੇਤਾ ਨੇ ਵੀ ਅਸੀਂ ਮੈਂ ਮੀਟਿੰਗ 'ਚ ਸੀਗਾ ਤਾਂ ਉਹ ਕਹਿੰਦੇ ਯਾਰ ਸਾਨੂੰ ਬੜਾ ਦੁੱਖ ਹੈ ਵੀ ਜਿਹੜੀ ਅਯੋਧਿਆ ਦਾ ਨਾਮ ਇਜ਼ ਇਕੁਅਲ ਟੂ BJP, ਠੀਕ ਹੈ। ਉਹ ਕਹਿੰਦੇ ਮੈਂ ਆਪਣੇ ਘਰ ਪਹਿਲਾਂ ਹੀ 500 ਦੀ ਲਿਆ ਚੁੱਕਾ ਬੋਰੀ ਵੀ ਮੈਂ
22 ਤਰੀਕ ਨੂੰ ਆਪਣੇ ਘਰ ਦੀ ਆਪਣੇ ਖਾਤੇ ਚ ਪਾ ਲਿਆ ਉਹਨਾਂ ਨੇ ਨਾ, ਉਹ ਕਹਿੰਦੇ ਅਸੀਂ ਅਕਾਲੀ ਆ ਤਾਂ ਇਹਦਾ ਮਤਲਬ ਥੋੜੀ ਵੀ ਪ੍ਰਭੂ ਰਾਮ ਇਕੱਲੇ ਮੈਂ ਕਿਸੇ ਨਾਮ ਨਹੀਂ ਲੈਣਾ ਚਾਹੁੰਦਾ, ਨਹੀਂ ਨਹੀਂ ਬਿਲਕੁਲ ਠੀਕ ਆ, ਸਹੀ ਕਹਿ ਰਹੇ ਹੋ, ਬਾਬਾ ਨਾਨਕ ਨੂੰ ਮੰਨਦੇ ਆ ਔਰ ਉਹਨਾਂ ਨੇ ਮੈਨੂੰ ਪਰਸਨਲ ਬੁਲਾਇਆ, ਮੈਨੂੰ ਪਰਸਨਲ ਬੁਲਾਇਆ ਚੋਪੜਾ ਤੂੰ ਮੇਰੇ ਘਰ ਆ ਕੇ ਮੈਂ 500 ਦੀਆ ਜਲਾਣੇ ਤੂੰ ਆ ਕੇ ਮੇਰਾ ਇੱਕ ਖਬਰ ਪਹੁੰਚਾਣੀ ਹੈ ਪੂਰੇ। ਫਿਰ ਫਿਰ ਕੀ ਆ, ਹੋਰ ਸੁਣੋ ਆ ਤੁਸੀਂ ਬਹੁਤ ਰਾਈਟ ਸਹੀ ਕੁਐਸਚਨ ਕੀਤਾ, ਫਿਰ ਜਿਵੇਂ ਜਿਵੇਂ ਕੋਈ ਕਹਿੰਦਾ ਏ ਹੁਣ ਮੈਂ ਕਹੂੰਗਾ ਥੱਲੇ ਇਹ ਲਿਖਣਗੇ ਥੱਲੇ ਇਹ ਲਿਖਾਉਣਗੇ ਟ੍ਰੋਲ ਕਰਨਗੇ ਲੈ ਵੀ ਅੱਜ ਇਹਨਾਂ ਨੂੰ ਵੀ ਰਾਮ ਜੀ ਦੀ ਯਾਦ ਆ ਗਈ, ਲੈ ਦੱਸੋ ਬਈ ਜੇ ਉਹ ਤਾਂ ਰੱਬ ਆ ਯਾਰ, ਉਹਦੇ ਬਗੈਰ ਕਿਤੇ ਇੱਕ ਕਦਮ ਨਹੀਂ ਪੱਟ ਸਕਦੇ ਕੋਈ, ਇਹ ਉਹਨਾਂ ਨੂੰ ਵੀ ਮਤਲਬ ਸੋਚਦੇ ਆ ਵੀ ਅਸੀਂ ਉਹਨਾਂ ਨੂੰ ਵੀ ਖਰੀਦ ਲਿਆ, ਰਾਮ ਜੀ ਇਹਨਾਂ ਦੇ ਨੇ, ਇਸ ਕਰਕੇ ਇਹ ਗੱਲ ਮੈਂ ਤੁਹਾਡੇ ਨਾਲ ਸਹਿਮਤ ਹਾਂ। ਇਹ ਐਡਾ ਇੱਕ ਸਿੱਖ ਨੂੰ ਇੱਕ ਹਿੰਦੂ ਨੂੰ ਇੱਕ ਮੁਸਲਿਮ ਨੂੰ ਆਪਸ ਵਿੱਚ ਤੋੜਨ ਵਾਲੀਆਂ ਗੱਲਾਂ ਕਰ ਰਹੇ ਆ, ਜੋੜਨ ਵਾਲੀ ਗੱਲ ਨਹੀਂ ਕਰ ਰਹੇ ਵੀ ਕਿਸੇ ਨੂੰ ਪ੍ਰੂਵ ਕਰਨਾ ਪੈ ਰਿਹਾ ਵੀ ਮੈਂ ਵੀ ਰਾਮ ਭਗਤ ਹਾਂ। ਜਦੋਂ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲਿਆ ਪਿੱਛੇ ਕੈਪਟਨ ਅਤੇ ਕਿਹੜਾ ਹਿੰਦੂ ਨਹੀਂ ਗਿਆ ਜੀ, ਕਿਹੜਾ ਸਿੱਖ ਨਹੀਂ ਗਿਆ ਕਰਤਾਰਪੁਰ ਸਾਹਿਬ, ਜਾਂ ਕਿਹਨੂੰ ਖੁਸ਼ੀ ਨਹੀਂ ਸੀ ਅਤੇ ਕਿਹਨੇ ਉਸ ਵੇਲੇ ਉਹ ਖੁਸ਼ੀ ਨਹੀਂ ਮਨਾਈ। ਇਸ ਕਰਕੇ ਰਾਮ ਜੀ ਯਾਰ ਇੱਕ ਰੱਬ ਨੇ ਅਤੇ ਉਹਨਾਂ ਨੂੰ ਕੀ ਕਿਹਾ ਗਿਆ, ਹਰ ਜਿਹੜਾ ਵੀ ਜੇ ਦੇਖੀਏ ਵੀ ਉਹ ਇੱਕ ਸੱਚੇ ਘਰ ਵਾਲੇ ਦਾ ਜਿਹੜਾ ਉਹਨਾਂ ਨੇ ਅਦਾ ਕੀਤਾ ਉਦਾਂ ਕੋਈ ਹੋ ਨਹੀਂ ਸਕਦਾ। ਜੇ ਕੋਈ ਭਰਾ ਦਾ ਰੋਲ ਜਿਹੜਾ ਉਹਨਾਂ ਨੇ ਭਰਾ ਦੀ ਜ਼ਿੰਮੇਵਾਰੀ ਭਰਾ ਕੋਈ ਹੋ ਨਹੀਂ ਸਕਦਾ। ਜੇ ਕਹੀਏ ਉਹਨਾਂ ਨੂੰ ਮਾਂ ਦਾ ਪੁੱਤ ਉਹੋ ਜਿਹਾ ਕੋਈ ਨਹੀਂ ਹੋ ਸਕਦਾ, ਅਤੇ ਉਹ ਤਾਂ ਪੁਰਸ਼ੋਤਮ ਸੀ ਉਹਨਾਂ ਨੂੰ ਤਾਂ ਇਹ ਗੱਲ ਜਾਨੀ ਜਾਨ ਸੀਗੇ ਉਹ ਤਾਂ। ਇਸ ਕਰਕੇ ਉਹ ਸਭ ਨੇ ਖੁਸ਼ੀ ਮਨਾਉਣੀ ਆ।